अड़ा तुसी फड़े है। बंदर की मासी ने आपको कहा है कि मैं काला गोरिल्ला हूं तो आपको मान लेना चाहिए। तुसी कितने लगदे नहीं हो पट है बम। सबसे पहले मैं आपका शुक्रगुजार हूं। आप मेरे मुंह से तुन्ना थोड़े पीछे कर। तुसी ना मर्द ना औरत तुसी आप ही दसो की हैगे हो। मजा आया ਸਾਡੇ ਨਾਲ ਸਾਜੋ ਦੇ ਦੇਣਾ ਤੁਸੀਂ ਤੇ ਜੇ ਲੰਮੇ ਕਾਦੀ ਹੋਏ ਫਿਰ ਤੇ ਬੜਾ ਕੁਝ ਫਸਾ ਸਕਦੀ। ਅਗਰ ਅਗਰ ਆਪ ਮੇ ਕੋਈ ਟੈਲੈਂਟ ਹੈ ਦੇਖੇ ਦੇਖੇ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਕੀ ਹਾਲ ਹੈ ਤੁਹਾਡਾ? ਮੈਂ ਬਿਲਕੁਲ ਠੀਕ ਹਾਂ, ਤੁਸੀਂ ਸੁਣਾਓ ਕਿਸੇ ਹੋ, ਠੀਕ ਠਾਕ ਹੋ ਤੁਸੀਂ? ਮੈਂ ਠੀਕ ਠਾਕ ਹਾਂ। ਕੀ ਸੁਣਨਾ ਚਾਹ ਰਹੇ ਹੋ ਮੇਰੇ ਮੂੰਹ ਚੋਂ? ਜੋ ਤੁਸੀਂ ਸੁਣਾ ਦਿਓ। ਗਾਲਾਂ ਸੁਣਾ ਦਿਓ ਫਿਰ। ਗਾਲਾਂ ਤਾਂ ਤੁਸੀਂ ਘਰੋਂ ਹੀ ਬਹੁਤ ਸੁਣਦੇ ਹੋਣੇ। ਗਾਲਾਂ ਹੁਣ ਕੀ ਸੁਣਾਵਾਂ ਤੁਹਾਨੂੰ ਮੈਂ? ਅੱਛਾ ਮੈਨੂੰ ਦੱਸੋ ਕਿ ਮੈਂ ਘਬਰਾ ਰਹੀ ਹਾਂ? ਮੈਂ ਘਬਰਾ ਰਹੀ ਕਿ ਤੁਸੀਂ ਘਬਰਾ ਰਹੇ ਹੋ? ਪਹਿਲੇ ਤੁਹਾਡਾ ਇਸੇ ਤਰ੍ਹਾਂ ਨਹੀਂ ਕਰੀ, ਤੁਸੀਂ ਕੀ ਕਹਿੰਦੇ ਪਏ ਹੋ? ਤੁਸੀਂ ਮੈਨੂੰ ਗਾਲਾਂ ਕੱਢਣੀਆਂ ਤੁਸੀਂ? ਬਸ ਕਰ ਦਿਓ, ਇੰਨਾ ਓਵਰ ਕੰਫੀਡੈਂਸ ਵੀ ਨਹੀਂ ਹੋਣਾ ਚਾਹੀਏ। ਪਹਿਲੇ ਹੀ ਤੁਹਾਡਾ ਕਿਰਲੇ ਵਰਗਾ ਮੂੰਹ ਹੈਗਾ। ਅਰੇ ਤੁਹਾਡਾ ਕਿਹੜਾ ਮੂੰਹ ਤੁਹਾਨੂੰ ਤੁਹਾਨੂੰ ਵੀ ਪਤਾ ਨਾ ਜੇ ਤੁਹਾਡਾ ਵਰਗਾ ਜਿਹੜਾ ਮੂੰਹ ਹੈਗਾ। ਵਿੰਗੀ ਡਾਂਗ ਹੈ ਤੁਹਾਡੀ? ਵਿੰਗੀ ਡਾਂਗ ਹੈ? ਹਾਂ ਵਿੰਗੀ ਡਾਂਗ ਹੋ ਤੁਸੀਂ। ਇਹ ਕਾਮਨ ਸੈਂਸ ਨਹੀਂ। ਤੇਰਾ ਮੂੰਹ ਵੀ ਬਿਲਕੁਲ ਨਾ ਫੂਕਣੀ ਵਰਗਾ ਲੱਗ ਰਿਹਾ। ਅੱਗੋਂ ਵੇਖ ਲੈ, ਬਿਲਕੁਲ ਫੂਕਣੀਆਂ ਨਹੀਂ ਸੇਵ ਯਾਰ, ਇਹ ਜੁੱਤਾ ਵੀ। ਅੱਛਾ ਮੈਨੂੰ ਦੱਸੋ ਕਾਮਨ ਸੈਂਸ ਹੈਗੀ ਤੁਹਾਡੀ? ਬਹੁਤ ਜ਼ਿਆਦਾ ਹੈਗੀ ਹੈ। ਬਹੁਤ ਜ਼ਿਆਦਾ ਕੀ? ਡੁੱਲਦੀ ਪਈ? ਹਾਂ ਡੁੱਲਦੀ ਪਈ। ਤੁਸੀਂ ਵੀ ਡੁੱਲੇ ਹੀ ਹੋਏ ਹੋ। ਮੈਂ ਡੁੱਲੀ ਨਹੀਂ ਹੋਈ, ਮੈਂ ਖੜੀ ਹੋਈ ਹਾਂ, ਤੁਹਾਡਾ ਇੰਟਰਵਿਊ ਲੈ ਰਹੀ ਹਾਂ। ਕਿਉਂ ਮੇਰੇ ਨਾਲ ਪੰਗੇ? ਕਿਉਂ ਮੇਰੇ ਨਾਲ ਪੰਗੇ ਲੈ ਰਹੇ ਹੋ? ਪਹਿਲੇ ਹੀ ਤੁਹਾਡਾ ਜਿਹੜਾ ਵਜ਼ਨ ਇੰਨਾ ਵੱਧ ਗਿਆ, ਧਰਤੀ ਦੇ ਉੱਤੇ ਬਹੁਤ ਹੋ ਤੁਸੀਂ। ਐਡਾ ਉਡਾ ਤੁਸੀਂ ਫੜਿਆ ਤੇ ਕਹਿ ਮੈਨੂੰ ਤੇ ਬੋਲ ਵਜਿਆ ਹੈ ਤੇ ਮੇਰੇ ਮਾਈਕ 'ਚ ਤੇ ਤੁਹਾਡੇ ਮੂੰਹ 'ਚ ਕੋਈ ਫਰਕ? ਵੇਖੋ ਇੱਕ ਤਰ੍ਹਾਂ ਦੀ ਡਪਨਾ ਨਹੀਂ ਸਕਦੇ ਹੋ ਤੁਸੀਂ? ਇੱਕ ਤਰ੍ਹਾਂ ਦੀ ਡਪਨਾ ਨਾ ਕੋਈ, ਇੱਕ ਤਰ੍ਹਾਂ ਦੀ ਮੈਗਨਮ ਮਾਈਕ ਭਾੜੀ ਹੋਏਗਾ ਤੁਹਾਡੇ ਤੋਂ ਮੇਰੇ ਕੋਲ ਮਾਈਕ? ਹਾਂਜੀ ਮੈਂ ਵੈਸੇ ਬਹੁਤ ਨਾਜ਼ੁਕ ਕਲੀ ਹੈਗੀ ਆ ਨਾ, ਲੜਕੀਆਂ ਨਾਜ਼ੁਕ ਹੀ ਹੁੰਦੀਆਂ। ਤੁਸੀਂ ਕਿਤੇ ਲੱਗਦੇ ਨਹੀਂ ਹੋ ਪੱਟ ਹੈ ਬੰਮ ਪੱਟ ਬੰਮ ਤੁਹਾਡੀ ਮੈਂ ਸਾਰੀ ਹਵਾ ਕੱਢ ਦੇਣੀ ਹੈ ਇੱਥੇ, ਤੁਸੀਂ ਜ਼ਰਾ ਧਿਆਨ ਨਾਲ ਨਹੀਂ ਕੱਢੇ। ਤੁਹਾਡੀ ਪਹਿਲੀ ਨਿਕਲੀ ਹੈ, ਤੁਹਾਨੂੰ ਬਸ ਜੈਲਸੀ ਹੋ ਰਹੀ ਮੈਨੂੰ ਵੇਖ ਕੇ। ਨਹੀਂ ਜੀ ਤੁਸੀਂ ਬਿਲਕੁਲ ਥੱਲੇ ਦਰਾਰਾਂ ਪਾਈਆਂ ਹੋਈਆਂ ਨੇ, ਇਹਨਾਂ ਨੇ ਪਾਈਆਂ ਹੋਈਆਂ ਨੇ। ਅੱਛਾ ਮੈਨੂੰ ਦੱਸੋ ਲੜਕੀਆਂ ਨੇ ਜ਼ਿਆਦਾ ਲੜਕੇ ਫਸਾਏ ਹੋਤੇ ਹੈ ਜਾਂ ਲੜਕੋਂ ਨੇ ਜ਼ਿਆਦਾ ਲੜਕੀਆਂ ਫਸਾਈ ਹੋਈ? ਲੜਕੀਆਂ ਨੇ ਫਸਾਏ ਹੋਤੇ ਹੈ, ਸ਼ਰੀਫ ਸ਼ਰੀਫ ਲੜਕੇ ਸਾਰੇ। ਅੱਛਾ ਹਾਂਜੀ ਆਪਕੇ ਜੈਸੇ? ਹਾਂਜੀ ਬਿਲਕੁਲ। ਤੁਸੀਂ ਵੇਖ ਲਓ ਤੁਸੀਂ ਸ਼ਰੀਫ ਇੱਕ ਮਾਈਕ ਫੜ ਕੇ ਉਹਨੂੰ ਫਸਾ ਕੇ ਮਾਈਕ ਨੂੰ ਫਸਾ ਕੇ ਤੁਸੀਂ ਲੱਗੇ ਹੋਏ ਹੋ। ਮਾਈਕ ਨੂੰ ਬਸਾ ਕੇ ਨਹੀਂ, ਹੁਣ ਮੈਂ ਹੀ ਮਾਈਕ ਤੁਹਾਡੇ ਨਾਸਾਂ 'ਚ ਦੇ ਦੇਣਾ ਜੇ ਤੁਸੀਂ ਮੇਰੇ ਸਵਾਲ ਦਾ ਜਵਾਬ ਨਾ ਦਿੱਤਾ ਤੇ। ਮੈਨੂੰ ਦੱਸੋ ਕਿ ਬੋਲੋ ਬੋਲੋ ਬਤਾਏ ਕਿਸਨੇ ਜ਼ਿਆਦਾ ਲੜਕੀਆਂ ਜ਼ਿਆਦਾ ਲੜਕੇ ਫਸਾਏ ਹੋਤੇ ਹੈਂ? ਲੜਕੀਆਂ ਨੇ ਫਸਾਈਆਂ ਹੋਣ ਕਿੰਨੇ ਮੁੰਡੇ ਨੇ ਫਸਾਈਆਂ? ਲੜਕੀਆਂ ਨੇ ਫਸਾਈਆਂ? ਹਾਂ ਤੇ ਹੋਰ ਆਪ ਕੈਸੇ ਕਹਿ ਸਕਦੇ ਆਪਕੋ ਧੋਖਾ ਮਿਲਾ ਕਿ? ਹਾਂਜੀ ਬੜਾ ਮਿਲਾ ਹੈ। ਪਹਿਲਾਂ ਧੋਖੇ ਵਰਗਾ ਹੀ ਤੁਹਾਡਾ ਮੂੰਹ ਹੋਇਆ ਪਿਆ ਤਾਂ ਹੀ ਹੋ। ਪਹਿਲਾਂ ਧੋਖਾ ਤੁਸੀਂ ਹੈਗਾ ਮੇਰੇ ਸਾਹਮਣੇ? ਮੈਂ ਧੋਖਾ? ਹਾਂ ਤੋ ਬਹੁਤ ਹੀ ਖੂਬਸੂਰਤ ਕੁੜੀ ਹੈਗੀ ਆ ਤੁਹਾਡੇ ਸਾਹਮਣੇ। ਮੌਕਰੇ ਤੇ ਨਜ਼ਰ ਹੀ ਆ ਰਿਹਾ ਜੈਲਸ ਹੋ ਰਿਹਾ ਇਹ ਇਨਸਾਨ, ਮੈਂ ਆਪ ਲੋਗੋਂ ਕੋ ਬਤਾ ਰਹੀ ਹੂੰ। ਤੁਸੀਂ ਆ ਵੇਖੋਗੇ ਕਿੰਨੀ ਖੂਬਸੂਰਤ ਹੈਗੀ ਹੈ। ਮੇਰੇ ਲੱਖੋ ਕਰੋੜੋ ਫੈਨਸ ਜਿਨਕੇ ਦਿਲੋਂ ਕਿ ਮੈਂ ਧੜਕਾਂ ਨੂੰ ਜਾਣਤੇ ਹੈ, ਉਹ ਜਾਣਤੇ ਹੈ ਕਿ ਮੈਂ ਕਿੰਨੀ ਖੂਬਸੂਰਤ। ਲੱਖਾਂ ਕਰੋੜ ਤੇ ਹੋਏ ਕੋਈ ਨਹੀਂ, ਇੱਕ ਅੱਧਾ ਹੈਗਾ ਉਹ ਵਿਚਾਰਾ, ਉਹ ਜਿਹੜਾ ਕੈਮਰਾ ਫੜ ਕੇ ਖਲੋਤਾ ਹੈ ਪੋੜ ਕੇ ਆਏਗਾ, ਉਹਨੇ ਕੈਮਰਾ ਫੜਿਆ ਪੈਸੇ ਕਮਾਉਣ ਵਾਸਤੇ ਐਸੇ ਤੁਹਾਨੂੰ ਲੱਗਿਆ ਉਹ। ਗਾਜਰ ਦੇ ਮੂੰਹ ਵਾਲੀਆਂ, ਮੇਰਾ ਮੂੰਹ ਅਗਰ ਗਾਜਰ ਵੜ ਗਿਆ ਨਾ ਤੇ ਤੁਹਾਡਾ ਬਾਂਦਰ ਤੇ ਗਿੱਲੀ ਵਰਗਾ। ਹਾਂ ਬੜੇ ਚੰਗੇ ਬਾਂਦਰ ਤੁਸੀਂ ਹੈਗੇ ਜਿਹਦੀ ਗਿੱਲੀ ਵਰਗਾ ਮੂੰਹ ਹੈ ਮੇਰਾ। ਮੈਂ ਬਾਂਦਰ ਨਹੀਂ ਆ, ਕਹਿਣਾ ਤੁਸੀਂ ਤੇ ਬਾਂਦਰ ਹੀ ਤੇ ਕਹਿੰਦੇ, ਉਹ ਮੈਨੂੰ ਪਤਾ ਮੈਂ ਹੈਗੀ ਹਾਂ ਬਹੁਤ ਮੱਟ ਲੱਗਦਾ ਮਾਜ ਦਾ ਪਿਛਲਾ ਪਾਸਾ ਤੁਹਾਨੂੰ ਪਤਾ। ਤੁਸੀਂ ਨਾ ਮੜਦ ਨਾ ਹੋਰੋ, ਤੁਸੀਂ ਆਪ ਹੀ ਦੱਸੋ ਕੀ ਹੈਗੇ ਹੋ। ਮਜ਼ਾ ਆਇਆ ਯਾਰ, ਅੱਛਾ ਮੁਝੇ ਬਤਾਏ ਕਿ ਲੜਕੀ ਕੇ ਜਿਸਮ ਕਾ ਵੋ ਕੌਨ ਸਾ ਹਿੱਸਾ ਹੈ, ਔਰ ਪਲੀਜ਼ ਦਿਮਾਗ ਕਾ ਇਸਤੇਮਾਲ ਕਰਨਾ ਹੈ। ਜੇ ਕੋਈ ਪੁੱਠੀ ਸਿੱਧੀ ਗੱਲ ਕੀਤੀ ਤਾਂ ਮੈਂ ਇਹੋ ਜਿਹੀ ਜੁਗਤ ਲਾਣੀ ਕਿ ਤੁਸੀਂ ਯਾਦ ਰੱਖਣਾ ਹੈ। ਅਗਰ ਦਿਮਾਗ ਹੁੰਦਾ ਤੁਸੀਂ ਇਹੋ ਜਿਹਾ ਸਵਾਲ ਨਾ ਮੇਰੇ ਕੋ ਪੁੱਛਦੇ। ਸਵਾਲ ਪੁੱਛਣਾ ਹੈ ਨਾ, ਕਾਮ ਹੈ ਮੇਰਾ, ਇਹ ਸਵਾਲ ਮੈਨੂੰ ਮਿਲਾ ਹੋਇਆ ਅੱਜ। ਅੱਛਾ ਮੁਝੇ ਬਤਾਓ ਕਿ ਲੜਕੀ ਕੇ ਜਿਸਮ ਕਾ ਵੋ ਕੌਨ ਸਾ ਹਿੱਸਾ ਹੈ ਜੋ ਨਾ ਆਨੇ ਕੇ ਬਾਅਦ ਛੋਟਾ ਹੋ ਜਾਤਾ ਹੈ? ਛੋਟਾ ਹੋ ਜਾਤਾ ਹੈ? ਆਪ ਬਤਾਏਂਗੀ ਅਗਰ ਆਪ ਲੜਕੀ ਹੈ ਤੋ, ਮੈਂ ਕਿਆ ਬਤਾਊਂ? ਅਕਲ ਚਲਾਓ ਥੋੜ੍ਹੀ ਜਿਹੀ, ਦਿਮਾਗ ਚਲਾਓ। ਮੈਨੂੰ ਲੱਗਦਾ ਤੁਹਾਡੇ ਦਿਮਾਗ 'ਚ ਆਪਨੇ ਕਾਮਨ ਸੈਂਸ ਕੀ ਬਾਤ ਹੈ। ਕਾਮਨ ਸੈਂਸ ਕੀ ਬਾਤ ਇਹ ਹੈ ਕਿ ਤੁਹਾਨੂੰ ਪਤਾ ਹੈ ਤੁਸੀਂ ਕੁੜੀ ਹੈ, ਤੁਹਾਨੂੰ ਪਤਾ ਤੁਹਾਡੇ ਕਿਹੜਾ ਜਿਹਦਾ ਜਿਸ ਨਾਲ ਛੋਟਾ ਹੋ ਜਾਂਦਾ? ਤੁਹਾਨੂੰ ਨਹੀਂ? ਤੁਸੀਂ ਮੈਨੂੰ ਨਹੀਂ, ਮੈਨੂੰ ਕਿਤੋਂ ਪਤਾ ਹੈਗਾ? ਮੈਂ ਲੜਕੇ ਬੜਾ ਇੰਟਰਸਟ ਲੈਂਦੇ ਨੇ ਕੁੜੀਆਂ 'ਚ। ਨਹੀਂ ਅਸੀਂ ਨਹੀਂ, ਕੁੜੀਆਂ ਬਹੁਤ ਇੰਟਰਸਟ ਲੈਂਦੇ, ਤੁਸੀਂ ਵੇਖੋ ਤੁਸੀਂ ਵੈਸੇ ਹੀ ਸ਼ਾਦੀਸ਼ੁਦਾ ਲੱਗ ਰਹੇ। ਤੁਸੀਂ ਲੈਦੇ ਰਹੋ ਇੰਟਰਸਟ, ਕੀ ਗੱਲ ਕਰੀਏ ਅਸੀਂ? ਕਿੰਨੇ 'ਚ ਇੰਟਰਸਟ ਲੈਂਦੇ? ਹਾਂ ਮੈਂ ਇਹਦੇ ਵਿੱਚ ਮਾਈਕ ਤੇ। ਹਾਂ ਤੁਸੀਂ ਹੋਰ ਕੁੰਡੇ, ਮੇਰਾ ਕੰਮ ਹੈ, ਮੈਨੂੰ ਇਹਦੇ ਨਾਲ ਬਹੁਤ ਜ਼ਿਆਦਾ ਪਿਆਰ ਹੈਗਾ। ਥੈਂਕ ਯੂ ਸੋ ਮਚ, ਹਮ ਹੋਰ ਵੀ ਲੋਗੋਂ ਸੇ ਬਾਤ ਕਰਤੇ ਹੈਂ, ਆਪ ਲੋਗੋਂ ਨੇ ਕਹੀਂ ਨਹੀਂ ਜਾਣਾ, ਹਮਾਰੇ ਸਾਥ ਹੀ ਰਹੇ।
जी नाजरीन, हमारे साथ यहाँ पे एक काला गुरीला मौजूद है जिसने जो है वो किले की मुछे लगवाई हुई है। इनसे भी बात करते हैं, देखते हैं इनके अंदर अकल है कि नहीं। अस्सलाम वालेकुम। सलाम। बंदर की मासी ने आपको कहा है कि मैं काला गुरीला हूँ तो आपको मान लेना चाहिए क्योंकि हमारी एक ही नस्ल है, ठीक है? क्योंकि ये आपको नजर नहीं आ रही होगी, यार कैमरा थोड़ा नीचे करो, तुम ओवर द हाइट ले जाते हो, बिलो द बेल्ट है, तुम कितने लेके जा रहे हो, ठीक है? तो अच्छा आप कौन से वाली हैं, ये या ये? मुझे माइक और आप में कन्फ्यूजन हो रही है। अच्छा आप हैं, ठीक। वैसे भी आपके सामने बहुत छोटा पड़ा है ना, तो उसी तो बताए जिराफे थे खानदान को बिलोंग करते हो। अच्छा मैंने दसो के कॉमन सेंस है की अलहमदुल्ला साढ़े चे तो हैगी, तुम कॉमन सेंस पूछना आए हो। अकल हैगी? आओ अकल साढ़े चे हैगी। किन्नी? वाह वाह सारी ताडे कादे तो थोड़ी जी ज्यादा। मेरे कादे तो थोड़ी जी ज्यादा। नाजरीन साढ़े नाल इत्थे जाना है, बहुत ही लम्मा जिन मौजूद है, असीं इहदे नाल वी अज गल करनी है, तुहानूं जिन वी खाने असीं वेख लो ताडे लई की करने। अच्छा मैनूं दसो कि लड़कियां ज्यादा लड़के फसाती हैं या लड़के ज्यादा लड़कियां फसाती हैं? डिपेंड करता है कुड़ी किहो जिही, मुंडा किहो जिहा है। छोटा कद होएगा कुड़ी दा ते ओह सिर्फ फिर कन्ना जे हैंड फ्री फसा सकती है, होर तो कुछ नहीं फसा सकती। तो जे लम्मे कद ही होए फिर तो बड़ा कुछ फसा सकती। तो सेम है मुंडा, मुंडा छोटे कद का होवे वड्डे कद का होवे चल जाता, ठीक है? अच्छा अभिना ने कहा है कि लड़का छोटी हाइट का और लंबी हाइट का वो चल जाता है क्योंकि ये लड़के इन्होंने लड़कों की साइड ली है। और इसी के साथ मैं बताती चलूँ कि जो लंबी हाइट के लोग होते हैं ना, चाहे वो ख्वाह लड़का है या लड़की है, उनके गिट्टों में अकल होती है, इनको शायद किसी ने बताया नहीं है। अच्छा गूर खट्टे हैं जो शायद तुम नहीं लभी बचपन से, तुम हॉर्लिक्स नहीं लभा, फिर तुम लम्मा कद नहीं लभा, तुम तो गल कर 1980 से पैदा हो जो हॉर्लिक्स याद नहीं सी होया, ताड़ा बचपन लंघ गया, ठीक है? उस जमाने जे किते हॉर्लिक्स हुंदा ते अज तुसी भी इत्थों मैनूं ताडे कोलों 10 साल छोटी आ, मैं बस कर दो। अल्लाह माफ करे जे तुसी मेरे कोलों 10 साल छोटे हो ना, ठीक है? तो मैं ते फांसी लगन नूं तैयार हां। जाके ट्रक थल्ले आ जाओ क्योंकि तुसी पता नहीं के की कारण लग गए मेरे नाल लड़न लग गए, क्योंकि मैं ताडे कोलों जिहड़ा सवाल पुछण आई सी कोई तुसी बदला लैण लग गए मेरे कोलों पिछले जन्म दा। अच्छा मैनूं दसो कि कोई गाना सुना? नहीं गाना मैं नहीं सुनांदा, मैं शेर भी मैं तुहानू नहीं टैलेंट, क्योंकि ना उंदे वास्ते थोड़ा जिहा ना बंदे नू रोमांटिक होना पैंदा है, ते इधर मैनू सामने मेरे कुछ नज़र ही नहीं आ रहा, तो मैं किवें हो जा, ठीक है? ते मैं तुहानू टैलेंट विखा सकना, मिमिकरी कर सकना, वो मैं कर देना, ठीक है? सब तो पहला जी इमरान खान, वो तुहानू दसन के पाकिस्तान अगे क्यों नहीं वध रहा, इन्हां दा कद क्यों नहीं वध रहा। बिस्मिल्लाह रहमान रहीम। नाज़रीन सबसे पहले मैं आपका शुक्रगुजार हूँ, मेरे मुंह से तुम ना थोड़ा ये पीछे कर, सबसे पहले मैं आपका शुक्रगुजार हूँ कि आपने मीडिया का ये हाल कर दिया, मीडिया को बराबर के बंदे नहीं मिल, मीडिया का कद शुरू यहाँ से होता है, ये नीचे क्या है मुझे नहीं नज़र आ रहा क्या है? अगर इस तरह का एंकर होगा मीडिया की फील्ड में तो मेरे से ये सवाल पूछ रही है। अब मैं इधर देखूँ मुझे कुछ नज़र नहीं आ रहा, सेम ऑपोजिशन हमारी, वो भी नज़र नहीं आ रही, उनका भी कद इतना। अगर आप ओपोजिशन को देखना चाहते हैं बाजी रन देख लो, सेम है ओपोजिशन है हुकूमत, कोई जोड़ नहीं है, ओपोजिशन कुछ नहीं बिगाड़ सकती। इसी ते तुहाडे कद के मुताबिक एक बंदा आया मेरे जहन च, कर दें गुस्सा तो नहीं करोगे? मैनू लग रहा कि यार तुसी हुण मेरे मुँह तो ही मार देना। बिस्मिल्लाह रहमान रहीम। सबसे पहले मैं पाकिस्तानियों को बताना चाहता हूँ, आप कहते हैं नौकरियाँ नहीं मिल रही, एहो जिहानू भी लभ रही हैं, तुहानू क्यों नहीं लभ रही हैं? अगर आप में कोई टैलेंट है, देखें इसमें कद भी नहीं है, टैलेंट छोड़े कद भी नहीं है, फिर भी ये औरत यहाँ पर खड़ी हुई है और यहाँ पर मेरा थैंक यू सो मच। इसी के साथ हम और भी लोगों से बात करेंगे, आप लोगों ने कहीं नहीं जाना हमारे साथ है।